ਅਸਲਾਮ ਵਾਲੇ ਜੀ, ਪੰਜਾਬ ਪੀ ਕੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਆਮਦੀਦ। ਅਤੇ ਵਾੜੀਆਂ ਦਾ ਸੀਜ਼ਨ ਜਿਹੜਾ ਨਾ ਸ਼ੁਰੂ ਹੋ ਗਿਆ ਅਤੇ ਪੇੜ ਵੱਟੇ ਜਾਣ ਡਏ ਨੇ। ਕੱਲ੍ਹ ਨੂੰ ਇਹਨਾਂ ਨੇ ਜਿਹੜਾ ਨਾ ਵਾਢੀ ਕਰਨੀ ਹੈ, ਉਹ ਵੀ ਤੁਹਾਨੂੰ ਇਨਸ਼ਾਅੱਲਾ ਵਿਖਾਵਾਂਗੇ। ਆਸਤਾ ਆਸਤਾ ਜਿਹੜਾ ਕੰਮ ਹੈ ਨਾ ਖਤਮ ਹੁੰਦਾ ਜਾ ਰਿਹਾ, ਕਿਉਂਕਿ ਉਸ ਤੋਂ ਬਾਅਦ ਰੈਪਰ ਆ ਗਿਆ, ਫਿਰ ਉਸ ਤੋਂ ਬਾਅਦ ਹਾਰਵੈਸਟਰ ਦੇ ਕਿ ਲੋਕ ਜਿਹੜੇ ਨਾ ਉਹ ਇੰਨੀ ਹਿੰਮਤ ਤਾਕਤ ਨਹੀਂ ਰਹੀ ਕਿ ਉਹ ਵੱਢ ਸਕਣ। ਲੇਕਿਨ ਇਹ ਜਵਾਨ ਜਿਹੜੇ ਨੇ ਹਜੇ ਵੀ ਲੱਗੇ ਨੇ, ਇਹਨਾਂ ਨੇ ਹੱਥ ਨਾਲ ਵੱਢਣੀ ਹੈ। ਮਲਕ ਸਾਹਿਬ ਜਿਹੜੇ ਨੇ ਉਹਨਾਂ ਨੂੰ ਜਿਹੜਾ ਦੱਸ ਰਹੇ ਨੇ ਕਿ ਬੇੜ ਵੱਢਣਾ ਕਿਵੇਂ, ਕਿਸ ਤਰ੍ਹਾਂ, ਕਿੰਨਾ ਕੁ ਬੇੜ ਲੰਬਾ ਹੋਣਾ ਚਾਹੀਦਾ, ਬੇੜ ਕਿੰਨਾ ਕੁ ਮੋਟਾ ਹੋਣਾ ਚਾਹੀਦਾ। ਅੱਛਾ ਜੀ, ਇਹ ਪੈਲੀ 'ਚੋਂ ਕਿੰਨੀਆਂ ਕੁ ਭਰੀਆਂ ਨਿਕਲ ਆਉਂਦੀਆਂ? ਸਵਾ ਸੌ, ਮਤਲਬ ਸਵਾ ਸੌ ਬੇੜ ਤੁਹਾਨੂੰ ਵੱਢਣਾ ਪੈਣਾ। ਠੀਕ ਹੈ, ਇਹ ਵੇਖੋ ਜੀ, ਇਹ ਕੰਮ ਬੜਾ ਮੁਸ਼ਕਿਲ ਹੈ। ਪਹਿਲਾਂ ਇਸ ਤਰ੍ਹਾਂ ਬੇੜ ਵੱਟੇ ਜਾਂਦੇ ਨੇ, 125 ਬੇੜ ਜਾਂ 130 ਬੇੜ ਜਿਹੜੇ ਨਾ ਉਹ ਵੱਟਣੇ ਨੇ, ਕਿਉਂਕਿ ਇੰਨੀਆਂ ਭਰੀਆਂ ਨਿਕਲਦੀਆਂ ਨੇ ਇੱਕ ਪੈਲੀ 'ਚੋਂ। ਠੀਕ ਹੈ, ਕਣਕ ਵੱਢ ਕੇ ਫਿਰ ਨਾਲ ਬੰਨਣੀ ਹੈ, ਫਿਰ ਉਸ ਤੋਂ ਬਾਅਦ ਗਾਣੀ ਹੈ, ਉਹ ਵੀ ਤੁਹਾਨੂੰ ਸਾਰਾ ਵਹਾਵਾਂਗੇ। ਵਾਢੀ ਵੀ ਵਹਾਵਾਂਗੇ ਅਤੇ ਕਣਕ ਗਾਂਦਿਆਂ ਵੀ ਵਹਾਵਾਂਗੇ ਤੁਹਾਨੂੰ। ਢੇਰ ਲਾਏ ਨੇ ਦੋ, ਅਤੇ ਤੁਹਾਨੂੰ ਬੇੜ ਵੱਟਦਿਆਂ ਦੀ ਪਹਿਲਾਂ ਵੀਡੀਓ ਵਿਖਾਈ ਸੀ, ਹੁਣ ਤੁਹਾਨੂੰ ਥੋੜ੍ਹਾ ਜਿਹਾ ਜਿਹੜਾ ਨਾ ਉਹ ਇਹ ਵਿਖਾਉਂਦੇ ਹਾਂ ਕਿ ਵਾਢੀ ਕਿਵੇਂ ਹੁੰਦੀ ਹੈ। ਅਤੇ ਅੱਜ ਅਪ੍ਰੈਲ ਦੀ 23 ਤਰੀਕ ਹੈ ਅਤੇ ਵਾਢੀਆਂ ਹੋ ਰਹੀਆਂ, ਕਣਕ ਵੱਢੀ ਜਾ ਰਹੀ ਹੈ। ਅਤੇ ਪਰਸੋਂ ਨੂੰ ਰੋਜ਼ਾ ਹੈ 25 ਨੂੰ, 25 ਅਪ੍ਰੈਲ ਨੂੰ। ਅੱਛਾ ਜੀ, ਇਹ ਪਰਸੋਂ ਰੋਜ਼ਾ ਬਣ ਰਿਹਾ ਅਤੇ ਰੋਜ਼ਾ ਰੱਖ ਕੇ ਫਿਰ ਵਾਢੀ ਹੋਏਗੀ ਪਰਸੋਂ ਨੂੰ? ਠੀਕ ਹੈ, ਲਓ ਜੀ, ਦਿਨ ਉਹ ਆ ਗਏ ਨੇ ਜਿਹੜੇ ਅਸੀਂ ਸੁਣਦੇ ਹੁੰਦੇ ਹਾਂ ਕਦੀ, ਕਿ ਰੋਜ਼ਾ ਰੱਖ ਕੇ ਵਾਢੀਆਂ ਕਰਦੇ ਹੁੰਦੇ ਸੀ, ਅਤੇ ਉਹ ਆ ਤੁਸੀਂ ਵੇਖ ਲਓ ਕਿ ਹੁਣ ਪਰਸੋਂ ਨੂੰ ਰੋਜ਼ਾ, ਅੱਜ 23 ਅਪ੍ਰੈਲ ਹੈ, ਪਰਸੋਂ 25 ਅਪ੍ਰੈਲ ਨੂੰ ਰੋਜ਼ਾ। ਅਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਰੋਜ਼ਾ ਰੱਖ ਕੇ ਅਤੇ ਇਨਸ਼ਾਅੱਲਾ ਵਾਢੀ ਕਰਾਂਗੇ। ਬੜੀ ਹਿੰਮਤ ਇਹਨਾਂ ਦੀ। ਲਓ ਜੀ, ਇਹ ਕੱਲ੍ਹ 1 ਵਜੇ ਆਏ ਸੀ ਅਤੇ ਹੁਣ ਤਕਰੀਬਨ ਜਿਹੜਾ ਨਾ 11 ਕੁ ਦਾ ਟਾਈਮ ਹੋਇਆ, ਅਤੇ ਇਹਨਾਂ ਨੇ ਵਿਘਾ ਜਿਹੜਾ ਨਾ ਵੱਢ ਦਿੱਤਾ। ਠੀਕ ਹੈ, ਵਿਘਾ ਵੱਢ ਦਿੱਤਾ ਹੈ ਔਰ ਭਰੀਆਂ ਵੀ ਤੁਹਾਨੂੰ ਨਜ਼ਰ ਆਉਣੀਆਂ, ਉਹਨੇ ਬੰਨ ਵੀ ਦਿੱਤੀਆਂ ਨੇ। ਅੱਗੇ ਚੱਲਦੇ, ਅੱਗੇ ਵੀ ਕੁਛ ਵਾਢੇ ਲੱਗੇ ਨੇ, ਕਣਕ ਵੱਢਣ ਡੇ ਨੇ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਲਓ ਜੀ, ਇੱਧਰ ਵੀ ਵਾਢੀ ਚੱਲ ਰਹੀ ਹੈ, ਪਿੱਛੇ ਵੀ ਤੁਹਾਨੂੰ ਵਿਖਾਇਆ ਅਤੇ ਇੱਧਰ ਵੀ ਇੱਕ ਗਰੁੱਪ ਜਿਹੜਾ ਨਾ ਵੱਢ ਰਿਹਾ ਵਾਢੀ, ਇੱਧਰ ਵੀ ਇੱਕ ਗਰੁੱਪ ਜਿਹੜਾ ਨਾ ਕਣਕ ਵੱਢ ਰਿਹਾ। ਅਤੇ ਮੈਂ ਤੁਹਾਨੂੰ ਦੱਸਦਾ ਕਿ ਇਸ ਟਾਈਮ ਜਿਹੜਾ ਨਾ ਉਹ ਇੱਕ ਪੈਲੀ ਦੀ ਜਿਹੜੀ ਵਢਾਈ ਹੈ ਨਾ ਉਹ 4 ਮਣ ਹੈ। ਠੀਕ ਹੈ, ਇਹ ਕਣਕ ਜਿਹੜੀ ਨਾ ਥੋੜ੍ਹੀ ਜਿਹੀ ਡਿੱਗੀ ਹੈ। ਅੱਛਾ ਜੀ, ਇਹ ਜਿਹੜੀ ਕਣਕ ਡਿੱਗੀ ਹੈ ਇਹਦੀ ਵੀ 4 ਮਣ ਹੀ ਮਿਲੇਗੀ ਜਾਂ ਇਹਦੀ ਕੋਈ ਜ਼ਿਆਦਾ ਹੋਏਗੀ? ਕਿੰਨੀ? ਇਹਦੀ 4.5 ਮਣ। ਠੀਕ ਹੈ, ਇਹ ਕਣਕ ਥੋੜ੍ਹੀ ਜਿਹੀ ਡਿੱਗੀ ਹੈ ਨਾ, ਖਰਾਬ ਹੈ, ਇਸ ਵਾਸਤੇ ਮੁਸ਼ਕਲ ਹੁੰਦੀ ਹੈ ਵੱਢਣ ਲੱਗਿਆਂ। ਲਿਹਾਜ਼ਾ ਇਹਦੀ ਜਿਹੜੀ ਨਾ ਵਢਾਈ ਉਹ 4.5 ਮਣ, ਕਣਕ ਖਲੋਤੀ ਹੋਏ ਫਿਰ 4 ਮਣ। ਇਹ 7 ਬੰਦੇ ਲੱਗੇ ਨੇ। ਇਹ ਕਿੰਨੀ ਵੱਢੀ ਗਈ ਹੁਣ ਤੱਕ? ਠੀਕ ਹੈ ਠੀਕ ਹੈ, ਜਾਣੀ ਕਿ ਅੱਜ ਦੂਸਰਾ ਦਿਨ ਹੈ ਅਤੇ ਵਿਘਾ ਵੱਢ ਕੇ ਬੰਨ ਦਿੱਤਾ, ਅਤੇ ਇਹ ਅਗਲਾ ਵਿਘਾ। ਭਾਈ ਐਂਡ ਤੱਕ ਤੁਸੀਂ ਨਾਲ ਰਹਿਣਾ ਅਤੇ ਇਨਸ਼ਾਅੱਲਾ ਤੁਹਾਨੂੰ ਜਿਹੜਾ ਨਾ ਕਣਕ ਬੰਨਦਿਆਂ ਵੀ ਵਹਾਵਾਂਗੇ ਅਤੇ ਗਾਂਦਿਆਂ ਵੀ ਵਹਾਵਾਂਗੇ, ਵੀ ਉਹ ਫਰੈਸ਼ ਲੱਗੇਗੀ। ਅੱਛਾ ਜੀ, ਇਹ ਘੜਾ ਵੀ ਰੱਖਿਆ ਹੈ ਪਾਣੀ ਪੀਣ ਵਾਸਤੇ, ਜਦੋਂ ਪਿਆਸ ਲੱਗਦੀ ਹੈ ਅਤੇ ਫਿਰ ਪਾਣੀ ਜਿਹੜਾ ਨਾ ਇਸ ਘੜੇ 'ਚੋਂ ਪੀਂਦੇ ਨੇ, ਨਾਲ ਲੈ ਆਉਂਦੇ ਨੇ ਪਾਣੀ, ਅਤੇ ਘੜੇ 'ਚ ਠੰਡਾ ਰਹਿੰਦਾ। ਛਾਂ ਹੈ, ਲਾਗੇ ਫਾਲਸੇ ਦੇ ਬੂਟੇ ਲੱਗੇ ਨੇ। ਠੀਕ ਹੈ,
ਘੜੇ ਦੇ ਵਿੱਚ ਪਾਣੀ ਜਿਹੜਾ ਨਾ ਸਾਰਾ ਦਿਨ ਠੰਡਾ ਰਹਿੰਦਾ, ਫਿਰ ਉੱਤੋਂ ਛਾਵੇਂ ਪਿਆ, ਇਸ ਵਾਸਤੇ ਗਰਮ ਨਹੀਂ ਹੁੰਦਾ ਪਾਣੀ। ਅਸਲਾਮ ਅਲੈਕਮ ਜੀ। ਔਰ ਥਰੈਸ਼ਰ ਲੱਗੀ ਹੈ, ਕਣਕ ਗਾਈ ਜਾਣ ਡਈ ਹੈ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਐਂਡ ਤੱਕ ਜਿਹੜਾ ਨਾ ਉਹ ਸਾਰਾ ਪ੍ਰੋਸੈਸ ਵਾਵਾਂਗੇ। ਔਰ ਇਸ ਟਾਈਮ ਅਸੀਂ ਮੌਜੂਦ ਹਾਂ ਥਰੈਸ਼ਰ 'ਤੇ, ਕਣਕ ਗਾਈ ਜਾਣ ਡਈ ਹੈ। ਅਤੇ ਆਹ ਤੁਹਾਨੂੰ ਲਾਗੇ ਲੈ ਕੇ ਚੱਲਦੇ ਹਾਂ, ਅਤੇ ਲਾਗੋਂ ਕਰੀਬ ਤੋਂ ਜਿਹੜਾ ਨਾ ਉਹ ਵਹਾਉਂਦੇ ਹਾਂ। ਪਿੱਛੇ ਜਿਹੜੀ ਇਹਨਾਂ ਧੜ ਲੱਗਣ ਡਈ ਹੈ। ਇੱਕ ਸਾਈਡ 'ਤੇ ਜਿਹੜੇ ਨਾ ਉਹ ਦਾਣੇ ਰੱਖੇ ਜਾਣ ਡਏ ਨੇ, ਇੱਕ ਸਾਈਡ 'ਤੇ ਦਾਣੇ ਰੱਖੇ ਜਾ ਰਹੇ ਨੇ। ਔਰ ਬੋਰੀਆਂ ਭਰ ਕੇ ਅਤੇ ਨਾਲ ਨਾਲ ਰੇੜੇ 'ਤੇ ਵੀ ਲੱਦੇ ਜਾਣਗੇ, ਭਰੀਆਂ ਲਿਆਉਣ ਡਏ ਨੇ। ਵੇਖੋ ਤੁਸੀਂ ਕਿੰਨਾ ਔਖਾ ਕੰਮ ਹੈ। ਇਹਨਾਂ ਕਣਕ ਵੱਢੀ ਇਹਨਾਂ ਨੇ, ਉਸ ਤੋਂ ਬਾਅਦ ਹੁਣ ਗਾ ਰਹੇ, ਔਰ ਬੜੇ ਦੂਰੋਂ ਜਿਹੜਾ ਨਾ ਉਹ ਭਰੀਆਂ ਚੁੱਕ ਕੇ ਲਿਆਉਂਦੇ ਨੇ ਪੈਸੇ। ਪੇੜ ਜਿਹੜੇ ਨੇ ਭਰੀਆਂ ਤੋਂ ਲਾਹਦੇ ਨੇ, ਉਹਨਾਂ ਨੂੰ ਫਿਰ ਅਲੈਦਾ ਕਰ ਦਿੰਦੇ ਨੇ। ਅੱਛੇ ਨੇ, ਸਾਫ ਨੇ, ਮੋਟੇ ਵੀ ਨੇ। ਜੀ ਇਸ ਤਰ੍ਹਾਂ ਜਿਹੜਾ ਨਾ ਭਰੀਆਂ ਚੁੱਕੀਆਂ ਜਾਂਦੀਆਂ ਨੇ। ਹਰਿਓੜੀ ਨਜ਼ਰ ਆ ਰਹੀ। ਇਹ ਪੁਰਾਣਾ ਤਰੀਕਾ ਜਿਹੜੇ ਨਾਲ ਕਣਕ ਗਾਈ ਜਾਂਦੀ ਹੈ, ਹੱਥ ਨਾਲ ਵੱਢਣੀ, ਫਿਰ ਬੰਨਣੀ, ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਥਰੈਸ਼ਰ 'ਤੇ ਗਾਉਣੀ। ਔਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਵਿਖਾ ਚੁੱਕੇ ਹਾਂ ਕਿ ਹਾਰਵੈਸਟਰ ਦੇ ਨਾਲ ਜਿਹੜੀ ਕਿਸ ਤਰ੍ਹਾਂ ਕਣਕ ਗਾਉਂਦੇ ਨੇ। ਇਹ ਜੀ 650 ਭਰੀ ਹੈ, ਪੌਣੇ ਤਿੰਨਾਂ ਪੈਲੀਆਂ ਦੇ ਵਿੱਚੋਂ 650 ਭਰੀ। ਔਰ 650 ਭਰੀ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਤਕਰੀਬਨ 6-7 ਜਣਿਆਂ ਨੇ ਜਿਹੜਾ ਨਾ ਚੁੱਕ ਕੇ ਸਿਰਾਂ ਦੇ ਉੱਤੇ ਖੜੀ ਹੈ ਥਰੈਸ਼ਰ ਦੇ ਲਾਗੇ।
और उत्थे जिहड़ा बंदा इक रद्दे लाण डिया ठीक है वारों वारी फिर जिहड़ा ना चेंज करदे रहिंदे ने एक दूसरे नूं साथ दवांदे रहिंदे ने ठीक है 650 भरी है जिहड़ी कि इन्हां ने इस तरह ही खड़ी है और हले रहिंदियां वी ने बहुत मुश्किल काम है बहुत सख्त काम है ठीक है हाथ जड़े ने वो बहुत ज़्यादा खराब हो जाते हैं उस अलावा घट्टा जड़ा वह भी पैंदा नक मूह के जरिए जड़ा ना वो जिसम से जाता है वो नाल भी काफ़ी मसले मसायल बन सकते हैं लेकिन मजदूरी है फिर मजदूरी है जो ड्राइवर साहब ने वो ट्रैक्टर के उत्ते चढ़े ने रेस्ट कर रहे हैं मशीन का भी ध्यान रखना होंगे कि रद्दा ज़्यादा लग रहा या घट लग रहा वो फिर अगर मशीन बंद हो जाए तो फिर वो करके रेस ज़्यादा देनी होंगी है इस वास्ते लागे रहना बहुत जरूरी होंगे दात्री भी बिच आ सकती है इस बात फिर मशीन जी बंद करनी पै जाती रेड़ा भी आ गया तो दाने जड़े ना बोरियों के नाल नाल भर के लग रहे हैं और जी फिर इजाजत दियो उम्मीद है कि तुहानू जिहड़ी अज दी साडी वीडियो है ना ये पसंद आई होएगी क्योंकि रोज़ा खुलन का भी टाइम हो गया तकरीबन जिहड़ा ना वो अद्धा घंटा रहिंदा और इफ्तारी भी करनी है जाके इस वास्ते बहुत शुक्रिया और उम्मीद है कि तुहानू जिहड़ी वीडियो साडी सारी शुरू तो लैके एंड तक पसंद आएगी एंड के उत्ते हमेशा की तरह साडे चैनल तुसीं लाजमी सबसक्राइब करना है और बैल आइकन पर भी क्लिक करना है ताकि तुहानूं असीं पंजाब के हवाले के नाल जिहड़ियां वीडियोज़ ने वो आते रहिए।